ਇੱਕ ਜਿਹੜੀ ਵਿਊ ਵਾਲੀ ਗੇਮ ਹੈ ਨਾ ਵੀ ਵਿਊ ਲੈਣੇ ਆ ਉਹ ਸਾਡੇ ਮਨਾਂ ਚੋਂ ਨਹੀਂ ਜਾ ਰਹੀ ਆਪਾਂ ਵਾਰ-ਵਾਰ ਬੇਨਤੀ ਕਰਦੇ ਆਂ ਵੀ ਇਹ ਸੋਸ਼ਲ ਮੀਡੀਆ ਤੋਂ ਵਿਊ ਲੈਣ ਦੇ ਵਿੱਚ ਆਪਾਂ ਨਾ ਪਈਏ ਬਹੁਤ ਸਾਰੀਆਂ ਵੀਡੀਓਜ਼ ਮੈਂ ਦੇਖੀਆਂ ਉਹਨਾਂ ਦੇ ਟਾਈਟਲ ਏ ਸੀ ਕਿ ਭਾਈ ਅਮਰਤਪਾਲ ਸਿੰਘ ਹੋਏ ਲਾਈ ਉਹਨਾਂ ਨੇ ਫਿਰ ਦੱਸੀ ਗੱਲ ਤੇ ਉਹਨਾਂ ਦੀ ਉਹ ਵੀਡੀਓ ਮੈਨੂੰ ਇਹ ਸੀ ਵੀ ਹੁਣ ਹਰੇਕ ਬੰਦੇ ਨੂੰ ਧਿਆਨ ਹੁੰਦਾ ਵੀ ਯਾਰ ਅੱਛਾ ਯਾਰ ਲਾਈਵ ਹੋ ਗਿਆ ਤੇ ਪਤਾ ਤਾਂ ਕਰਿਆ ਜਾਵੇ ਉਹ ਜਦੋਂ ਕਲਿੱਕ ਕੀਤਾ ਤੇ ਵੀਡੀਓ ਉਹੀ ਸੀ ਜਿਹੜੀ ਕਿ ਜਾਂ ਤਾਂ ਜਿੱਦ ਨਜਨਾਲੇ ਜਾਣਾ ਸੀ ਉਹਦਨ ਵਾਲੀ ਕਿਸੇ ਨੇ ਪਾਈ ਸੀ ਤੇ ਜਾਂ ਜਦੋਂ ਉਹਨਾਂ ਨੇ ਇਹ ਮੈਸੇਜ ਦਿੱਤਾ ਸੀ ਵੀ ਆਪਾਂ ਹੁਣ ਦੁਬਾਰਾ ਦੂਸਰਾ ਜਿਹੜਾ ਪੜਾ ਹੈ ਉਹ ਖਾਸ ਸਾਹਿਰ ਦਾ ਉਹ ਚਲਾਉਣਾ ਉਹਨਾਂ ਦੋ ਲਾਈਵਸ ਨੂੰ ਚੱਕ ਕੇ ਤੇ ਉਹਦੇ ਥੰਬਨੇਲ ਬਣਾ ਬਣਾ ਕੇ ਆਪਾਂ ਪੇਸ਼ ਕਰੀਏ ਨਾ ਇਹਦਾ ਨਾ ਕਰੋ ਹੋ ਸਕਦਾ ਵੀ ਤੁਹਾਨੂੰ ਕੋਈ 200 400000 1500 ਵਿਊ ਆ ਜਾਣ ਪਰ ਇਹ ਵਿਊ ਲੈਂਦਾ ਲੈਂਦਾ ਉਹ ਜਿਹਨੂੰ ਉਹ ਪ੍ਰਧਾਨ ਮੰਤਰੀ ਕਹਿੰਦੇ ਆ ਬਾਜੀ ਕਿ ਉਹ ਵਿਚਾਰਾ ਸਾਮ ਬੈਠਾ ਫਿਰ ਨਾ ਕੋ ਦੱਸਿਆ ਨੇ ਸੋਸ਼ਲ ਮੀਡੀਆ ਦੇ ਨਾਲ ਸੰਬੰਧਿਤ ਜਿਹੜੇ ਅਕਾਊਂਟ ਵਗੈਰਾ ਨੇ ਉਹ ਵੀ ਬੰਦ ਹੋਏ ਆ ਪਰ ਉਹਦੇ باوجود ਵੀ ਪਤਾ ਨਹੀਂ ਕਿਉਂ ਇੱਕ ਜਿਹੜੀ ਵਿਊ ਵਾਲੀ ਗੇਮ ਹੈ ਨਾ ਵੀ ਵਿਊ ਲੈਣੇ ਆ ਉਹ ਸਾਡੇ ਮਨਾਂ ਤੋਂ ਨਹੀਂ ਜਾ ਰਹੀ ਆਪਾਂ ਵਾਰ-ਵਾਰ ਬੇਨਤੀ ਕਰਦੇ ਆਂ ਵੀ ਇਹ ਸੋਸ਼ਲ ਮੀਡੀਆ ਤੋਂ ਵਿਊ ਲੈਣ ਦੇ ਵਿੱਚ ਆਪਾਂ ਨਾ ਪਈਏ ਬਹੁਤ ਸਾਰੀਆਂ ਵੀਡੀਓਜ਼ ਮੈਂ ਦੇਖੀਆਂ ਉਹਨਾਂ ਦੇ ਟਾਈਟਲ ਇਹ ਸੀ ਕਿ ਭਾਈ ਅਮਰਤਪਾਲ ਸਿੰਘ ਹੋਏ ਲਾਈਵ ਉਹਨਾਂ ਨੇ ਫਿਰ ਦੱਸੀ ਗੱਲ ਤੇ ਉਹਨਾਂ ਦੀ ਉਹ ਵੀਡੀਓ ਮੈਨੂੰ ਇਹ ਸੀ ਵੀ ਹੁਣ ਹਰੇਕ ਬੰਦੇ ਨੂੰ ਧਿਆਨ ਹੁੰਦਾ ਵੀ ਯਾਰ ਅੱਛਾ ਯਾਰ ਲਾਈਵ ਹੋ ਗਿਆ ਚਲੋ ਪਤਾ ਤਾਂ ਕਰਿਆ ਜਾਵੇ ਉਹ ਜਦੋਂ ਕਲਿੱਕ ਕੀਤਾ ਤੇ ਵੀਡੀਓ ਉਹੀ ਸੀ ਜਿਹੜੀ ਕਿ ਜਾਂ ਤਾਂ ਜਿੱਦ ਨਜਨਾਲੇ ਜਾਣਾ ਸੀ ਉਹਦਨ ਵਾਲੀ ਕਿਸੇ ਨੇ ਪਾਈ ਸੀ ਤੇ ਜਾਂ ਜਦੋਂ ਉਹਨਾਂ ਨੇ ਇਹ ਮੈਸੇਜ ਦਿੱਤਾ ਸੀ ਵੀ ਆਪਾਂ ਹੁਣ ਦੁਬਾਰਾ ਦੂਸਰਾ ਜਿਹੜਾ ਪੜਾ ਹੈ ਉਹ ਖਾਸਾ ਵਹੀਰ ਦਾ ਉਹ ਚਲਾਉਣਾ ਉਹਨਾਂ ਦੋ ਲਾਈਵਸ ਨੂੰ ਚੱਕ ਕੇ ਤੇ ਉਹਦੇ ਥੰਬਨੇਲ ਬਣਾ ਬਣਾ ਕੇ ਆਪਾਂ ਪੇਸ਼ ਕਰੀ ਜਾਂ ਨਾ ਇਹਦਾ ਨਾ ਕਰੋ ਹੋ ਸਕਦਾ ਵੀ ਤੁਹਾਨੂੰ ਕੋਈ 200 400000 1500 ਵਿਊ ਆ ਜਾਣ ਪਰ ਇਹ ਵਿਊ ਲੈਂਦਾ ਲੈਂਦਾ ਇਹੋ ਜਿਹਨੂੰ ਉਹ ਪ੍ਰਧਾਨ ਮੰਤਰੀ ਕਹਿੰਦੇ ਆ ਬਾਜੀ ਕਿ ਉਹ ਵਿਚਾਰਾ ਸਾਮ ਬੈਠਾ ਫੇਰ ਨਾ ਕੋ ਦੱਸਿਆ ਇਹ ਸੰਧਾਲੀਆ ਸਭ ਹੋਰ ਜਿਹੜੀ ਬੇਨਤੀ ਇੰਟਰਨੈਟ ਮੋਬਾਈਲ ਇੰਟਰਨੈਟ ਦੇ ਨਾਲ ਸੰਬੰਧਿਤ ਹੁਣ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਕਿਉਂਕਿ ਫਰੋਜ਼ਪੁਰ ਤੇ ਤਰਨਤਾਰਨ ਦੇ ਵਿੱਚ ਇੰਟਰਨੈਟ ਬੰਦ ਸੀ ਦੂਸਰੇ ਪਾਸੇ ਮੋਗੇ ਤੇ ਸੰਗਰੂਰ ਦੇ ਵਿੱਚ ਵੀ ਬੰਦ ਸੀ ਫਿਰ ਮੁਹਾਲੀ ਦੇ ਕੁਝ ਕਲਾਕੇ ਵਾਈਪੀਐਸ ਚੋਂ ਕਿਯਰਪੋਰਟ ਰੋਡ ਦੇ ਉੱਤੇ ਤੇ ਅਜਨਾਲੇ 'ਚ ਬੰਦ ਸੀ ਫਿਰ ਸੰਗਰੂਰ ਤੇ ਮੋਗੇ ਦੇ ਵਿੱਚ ਚਲਾਤਾ ਗਿਆ ਫਿਰ ਮੁਹਾਲੀ ਵਾਲੇ ਪਾਸੇ ਵੀ ਚਲਾਤਾ ਗਿਆ ਫਿਰ ਅਜਨਾਲੇ ਵੀ ਚਲਾਤਾ ਗਿਆ ਮੇਰੇ ਖਿਆਲ ਫਰੋਜ਼ਪੁਰ ਤੇ ਤਰਨਤਾਰਨ ਵਾਲੇ ਪਾਸੇ ਜਿਹੜਾ ਉਹ ਅਜੇ ਪਾਬੰਦੀ ਸੀ ਉਮੀਦ ਕਰਦੇ ਹਾਂ ਕਿ ਭਾਈ ਇੱਕ ਅੱਧੇ ਦਿਨ ਦੇ ਵਿੱਚ ਚੁੱਕੀ ਜਾਊਗੀ ਅੱਜ ਇੱਕ ਵਿਦੇਸ਼ ਦੇ ਵਿੱਚ ਕਿਰਤੀ ਜਿਹੜਾ ਪੰਜਾਬੀ ਬੈਠਾ ਉਹਦਾ ਸੁਨੇਹਾ ਮਿਲਿਆ ਉਹ ਕਹਿੰਦੇ ਜੀ ਦੇਖੋ ਮਾਤਾ ਜੀ ਠਿੱਲੇ ਨੇ ਹਸਪੀਟਲ ਦੇ ਵਿੱਚ ਨੇ ਅਸੀਂ ਆਦੀ ਹੋ ਗਏ ਆ ਹੁਣ ਕਿ ਇੰਟਰਨੈਟ ਕੁਲ ਹੁੰਦਾ ਤੇ ਵੀਡੀਓ ਕਾਲ ਦੇ ਉੱਤੇ ਗੱਲ ਕਰ ਲੈਨੇ ਆ ਆ ਤਾਂ ਸਕਦੇ ਨਹੀਂ ਕਿਉਂਕਿ ਘਰਾਂ ਦੇ ਖਰਚੇ ਵੀ ਚਲਾਉਣੇ ਆ ਹੁਣ ਕਹਿੰਦੇ ਜੀ 4-5 ਦਿਨ ਹੋ ਗਏ ਆ ਤੇ ਉਹ ਉਸ ਜ਼ਿਲ੍ਹੇ ਦੇ ਵਿੱਚ ਪੈਂਦੇ ਨੇ ਜ਼ਿਲ੍ਹੇ ਦੇ ਵਿੱਚ ਅਜੇ ਵੀ ਬੰਦ ਹੈ ਤੇ ਕਹਿੰਦੇ ਸਾਨੂੰ ਆਖ ਹੈ ਥੋੜੀ ਜੀ ਕਿ ਜੇ ਸਾਡੀ ਗੱਲ ਕਿਤੇ ਪਹੁੰਚਾ ਦਿਓ ਕਿ ਭਾਈ ਆ ਜਿੰਨਾ ਕਿ ਇੰਟਰਨੈਟ ਮੋਬਾਈਲ ਇੰਟਰਨੈਟ ਬੰਦ ਹੈ ਇਹ ਵੀ ਚੱਲਦਾ ਕਰ ਦਿੱਤਾ ਜਾਵੇ ਸੋ ਮੈਂ ਬੇਨਤੀ ਇਹ ਕਰਨ ਲੱਗਿਆ ਕਿ ਸਰਕਾਰ ਵੀ ਥੋੜਾ ਜਿਹਾ ਠੰਡੇ ਜਿਗੜੇ ਤੋਂ ਕੰਮ ਲਵੇ ਤੇ ਦੂਸਰੇ ਪਾਸੇ ਆ ਜਿਹੜਾ ਤੁਸੀਂ ਵੀਊ ਦੇ ਚੱਕਰਾਂ ਦੇ ਵਿੱਚ ਕਿਹਾ ਨਾ ਕਿ ਗਲਤ ਟਾਈਟਲ ਪਾ ਕੇ ਇੱਧਰ ਉੱਧਰ ਤੁਰੇ ਜਾਣਾ ਗਲਤੀਆਂ ਹੋ ਜਾਂਦੀਆਂ ਪਰ ਦੂਸਰੀ ਵਾਰੀ ਨਾ ਕਰੋ ਥੋੜੇ ਕਿਸੇ ਕਦਮ ਦੇ ਕਰਕੇ ਜੇ ਕੱਲੋਂ ਪਾਬੰਦੀਆਂ ਲੱਗਦੀਆਂ ਤੇ ਆ ਦੇਖੋ ਜਿੱਦਾਂ ਇਹ ਸੱਜਣ ਤੰਗ ਪਰੇਸ਼ਾਨ ਨੇ ਹਜ਼ਾਰਾਂ ਲੋਕ ਤੰਗ ਪਰੇਸ਼ਾਨ ਹੋਣਗੇ ਤੇ ਉਹ ਤੰਗੀ ਪਰੇਸ਼ਾਨੀ ਦਾ ਘੱਟੋ ਘੱਟ ਅਸੀਂ ਕਾਰਨ ਨਾ ਬਣੀਏ ਇਹ ਜ਼ਰੂਰ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ ਹੈ